ਅੱਜ ਦੀ ਜੋ ਇੱਕ ਬ੍ਰੇਕਿੰਗ ਨਿਊਜ਼ ਆ ਉਹ ਹੈਗੀ ਆ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੱਲ੍ਹ ਸੀ 26 ਤਰੀਕ ਅਤੇ 26 ਤਰੀਕ ਨੂੰ ਟਰੈਕਟਰ ਪਰੇਡ ਦਾ ਜੋ ਆਯੋਜਨ ਕੀਤਾ ਗਿਆ ਸੀਗਾ ਅਤੇ ਕੁਝ ਕੁ ਜਿਹੜੇ ਬੰਦੇ ਆ ਕਿਉਂਕਿ ਨੌਜਵਾਨ ਸੀਗੇ ਨੌਜਵਾਨਾਂ ਵਿੱਚ ਜੋਸ਼ ਭਰਿਆ ਹੋਇਆ ਸੀ ਉਹਨਾਂ ਨੇ ਲਾਲ ਕਿਲੇ 'ਤੇ ਜਾ ਕੇ ਇੱਕ ਖਾਲਸੇ ਦਾ ਝੰਡਾ ਅਤੇ ਕਿਸਾਨਾਂ ਦਾ ਝੰਡਾ ਜਿਹੜਾ ਉਹਨਾਂ ਨੇ ਉੱਥੇ ਲਹਿਰਾਇਆ ਇੱਕ ਖਾਲੀ ਪੋਲ ਦੇ ਵਿੱਚ। ਠੀਕ ਹੈ ਜੀ, ਸੋ ਅੱਜ ਦੀ ਵੀਡੀਓ ਆਪਾਂ ਇਸੇ ਟੌਪਿਕ 'ਤੇ ਕਰਨੀ ਹੈ ਅਤੇ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਕਿ ਕੀ ਇਹ ਸਹੀ ਸੀ ਜਾਂ ਗਲਤ ਸੀ, ਆਪਾਂ ਉਹਦੇ ਬਾਰੇ ਵੀ ਡਿਸਕਸ ਕਰਾਂਗੇ ਸਾਰਾ ਕੁਝ। ਹੋਰ ਵੀ ਕਿਉਂਕਿ ਕਿਸਾਨਾਂ ਦੇ ਜੋ ਜਥੇਬੰਦੀਆਂ ਦੇ ਜੋ ਮੋਢੀ ਨੇ ਉਹਨਾਂ ਨੇ ਵੀ ਬਿਆਨ ਦਿੱਤੇ ਹੈ ਇਸ ਦੇ ਬਾਰੇ, ਅਤੇ ਹੋਰ ਵੀ ਜਿਵੇਂ ਜਿਵੇਂ ਜੋ ਕੁਛ ਹੋਇਆ ਉਹ ਆਪਾਂ ਸਾਰਾ ਕੁਛ ਅੱਜ ਦੀ ਵੀਡੀਓ ਵਿੱਚ ਦੇਖਣ ਲੱਗੇ ਹਾਂ। ਸੋ ਉਸ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਐਂਡ ਹਿੱਟ ਦਾ ਬੈਲ ਆਈਕਨ ਐਜ਼ ਵੈਲ। ਸੋ ਹੁਣੇ ਇਹਨੂੰ ਸਬਸਕ੍ਰਾਈਬ ਕਰ ਲਓ ਪੰਜਾਬੀ ਰੀਅਲ ਟੀ ਵੀ। ਆਪਾਂ ਇੱਥੇ ਬਹੁਤ ਸਾਰੀਆਂ ਵੀਡੀਓਜ਼ ਇੱਦਾਂ ਤੀਆਂ ਅਤੇ ਜੋ ਡਿਸਕਸ਼ਨਸ ਕਰਦੇ ਹਾਂ ਅਤੇ ਰਿਐਕਸ਼ਨ ਬਣਾਉਂਦੇ ਹਾਂ। ਟਰੈਕਟਰ ਪਰੇਡ ਮੇ ਹੁਆ ਬਵਾਲ, ਝਗੜਾ ਹੰਸੂ ਗੈਸ ਕੇ ਗੋਲੇ। ਮਤਲਬ ਕਿ ਦੇਖੋ, ਪਹਿਲੀ ਗੱਲ ਤਾਂ ਕਿਸਾਨਾਂ ਨੂੰ ਜੋ ਟਰੈਕਟਰ ਪਰੇਡ ਦੀ ਉਹਨਾਂ ਨੇ ਆਜ਼ਾਦੀ ਦਿੱਤੀ ਦਿੱਲੀ ਪੁਲਿਸ ਨੇ, ਕਿਉਂਕਿ ਉਹਨਾਂ ਨੇ ਦਿੱਲੀ ਪੁਲਿਸ 'ਤੇ ਛੱਡਤਾ ਸੀਗਾ ਕਿ ਉਹਨਾਂ ਨੇ ਕੀ ਕਰਨਾ। ਸੋ ਦਿੱਲੀ ਪੁਲਿਸ ਨੇ ਇਜਾਜ਼ਤ ਦੇ ਤੀ, ਉਸ ਤੋਂ ਬਾਅਦ ਇਜਾਜ਼ਤ ਦੇਣ ਦੇ ਬਾਵਜੂਦ ਉਹਨਾਂ ਨੇ ਬੈਰੀਗੇਡ ਕੀਤੇ, ਬੈਰੀਗੇਡ ਲਗਾਏ। ਠੀਕ ਹੈ, ਅਤੇ ਕਿਸਾਨਾਂ ਨੇ ਉਹ ਜਿਹੜੇ ਬੈਰੀਗੇਡ ਤੋੜਤੇ, ਉਹਨਾਂ ਨੇ ਟਰੈਕਟਰਾਂ ਦੇ ਨਾਲ ਤੋੜੇ। ਉਸ ਤੋਂ ਬਾਅਦ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਜਿਹੜੇ ਗੋਲੇ ਸਿੱਟੇ ਗਏ, ਅਤੇ ਨਾਲੇ ਗੋਲੀਆਂ ਵੀ ਚਲਾਈਆਂ ਗਈਆਂ। ਹੁਣ ਇਹਦਾ ਜ਼ਿੰਮੇਵਾਰ ਕੌਣ ਆ? ਕਿਉਂਕਿ ਇੱਕ ਪਾਸੇ ਤਾਂ ਤੁਸੀਂ ਪਹਿਲਾਂ ਉਹਨਾਂ ਨੂੰ ਇਜਾਜ਼ਤ ਦੇ ਰਹੇ ਹੋ, ਦੂਜੇ ਪਾਸੇ ਤੁਸੀਂ ਉਹਨਾਂ 'ਤੇ ਫਾਇਰਿੰਗ ਕਰ ਰਹੇ ਹੋ, ਉਹ ਵੀ ਕਿਸਾਨਾਂ 'ਤੇ, ਨਿਹੱਥੇ ਕਿਸਾਨਾਂ 'ਤੇ। ਆਪਾਂ ਪੜ੍ਹਦੇ ਸੀ ਨਾ ਜਲ੍ਹਿਆਂ ਵਾਲੇ ਬਾਗ ਦਾ ਜੋ ਇੱਕ ਸਾਕਾ ਹੋਇਆ ਸੀ ਕਿ ਨਿਹੱਥਿਆਂ 'ਤੇ ਜਨਰਲ ਡਾਇਰ ਨੇ ਜਿਹੜੇ ਗੋਲੀਆਂ ਚਲਾਤੀਆਂ ਸੀ, ਸਾਡੇ ਆਪਦੇ ਲੋਕ ਉਹੀ ਕੰਮ ਕਰ ਰਹੇ ਆ ਕਿ ਤੁਸੀਂ ਨਿਹੱਥੇ ਕਿਸਾਨਾਂ 'ਤੇ ਗੋਲੀਆਂ ਚਲਾ ਰਹੇ ਹੋ। ਠੀਕ ਹੈ, ਹੋ ਸਕਦਾ ਕਿ ਕਿਉਂਕਿ ਜਿਹੜਾ ਕਿਸਾਨਾਂ ਨੇ ਜਿਹੜਾ ਰੂਟ ਬਣਾਇਆ ਸੀ, ਕਿਸਾਨ ਜਥੇਬੰਦੀਆਂ ਨੇ ਜਿਹੜਾ ਰੂਟ ਬਣਾਇਆ ਸੀ, ਉਹ ਦਿੱਲੀ ਦੇ ਵਿੱਚ ਵੜਨ ਦਾ ਪਲੈਨ ਨਹੀਂ ਸੀਗਾ। ਪਰ ਕੁਝ ਕੁ ਜਿਹੜੇ ਨੌਜਵਾਨ ਸੀ, ਕਿਉਂਕਿ 6-7 ਮਹੀਨੇ ਹੋ ਗਏ ਯਾਰ ਧਰਨੇ ਚੱਲਦਿਆਂ ਨੂੰ, ਅਤੇ ਉਹਨਾਂ ਨੇ ਬੜਾ ਸੰਜਮ ਨਾਲ ਕੰਮ ਲਿਆ, ਬੜੇ ਪੇਸ਼ੈਂਸ ਨਾਲ ਕੰਮ ਲਿਆ, ਪਰ ਇੱਥੇ ਆ ਕੇ ਉਹਨਾਂ ਦਾ ਪੇਸ਼ੈਂਸ ਜਿਹੜਾ ਉਹ ਟੁੱਟ ਗਿਆ। ਸੋ ਉਹਨਾਂ ਨੇ ਦਿੱਲੀ ਵਿੱਚ ਦਾਖਲ ਹੋ ਗਏ। ਸੋ ਹੋ ਸਕਦਾ ਕਿ ਇਹ ਬੈਰੀਗੇਡਿੰਗ ਉੱਥੇ ਕੀਤੀ ਗਈ ਹੋਵੇ ਜਿੱਥੇ ਦਿੱਲੀ ਦਾ ਮਤਲਬ ਅੰਦਰ ਐਂਟਰ ਨਾ ਹੋ ਸਕਣ, ਅਤੇ ਸ਼ਾਇਦ ਹੋ ਸਕਦਾ ਗੋਲੀ ਵੀ ਉੱਥੇ ਚੱਲੀ ਹੋਵੇ, ਪਰ ਮੈਨੂੰ ਪ੍ਰੋਪਰ ਗੱਲ ਉਹ ਪਤਾ ਨਹੀਂ। ਪਰ ਗੋਲੀ ਚਲਾਉਣਾ ਫਿਰ ਵੀ ਸਾਫ਼ ਸਾਫ਼ ਸ਼ਬਦਾਂ ਵਿੱਚ ਬਹੁਤ ਹੀ ਜ਼ਿਆਦਾ ਨਿੰਦਣੀ ਹੈ ਅਤੇ ਬਹੁਤ ਹੀ ਜ਼ਿਆਦਾ ਗਲਤ ਆ। ਸੋ ਆਹ ਇੱਕ ਵੀਡੀਓ ਆ, ਇਹ ਆਪਾਂ ਦੇਖਦੇ ਹਾਂ ਪਹਿਲਾਂ। ਅੱਛਾ, ਉਹ ਟਰੈਕਟਰ ਲੈ ਕੇ ਜਾ ਰਹੇ ਆ ਉੱਥੇ ਅੱਗੇ। ਹੋਏ ਹੋਏ ਹੋਏ, ਕਿੰਨੀ ਪੁਲਿਸ ਹੈ ਯਾਰ। ਅਤੇ ਆਹ ਦੇਖੋ, ਆਵਾਜ਼ ਤੁਹਾਨੂੰ ਸ਼ਾਇਦ ਸੁਣੀ ਹੋਣੀ ਹੈ, ਨਹੀਂ ਤਾਂ ਮੈਂ ਤੁਹਾਨੂੰ ਰਿਪੀਟ ਕਰਕੇ ਦਿਖਾਉਣਾ। ਚੱਲੀ ਨਾ, ਫਾਇਰ ਹੋਇਆ ਨਾ। ਇਹ ਕਿਸਾਨਾਂ ਦੀ ਪੁਲਿਸ ਦੇ ਨਾਲ ਝੜਪ ਹੋ ਰਹੀ ਹੈ, ਕਿਉਂਕਿ ਕਿਸਾਨ ਅੰਦਰ ਜਾਣਾ ਚਾਹੁੰਦੇ ਸੀ ਅਤੇ ਜਿਹੜੇ ਪੁਲਿਸ ਉਹਨਾਂ ਨੂੰ ਜਾਣ ਨਹੀਂ ਦੇ ਰਹੀ ਸੀ। ਇਹ ਅਕਸ਼ਰਧਾਮ ਫਲਾਈਓਵਰ ਹੈ ਜਿਹੜਾ, ਅਕਸ਼ਰਧਾਮ ਦੇ ਕੋਲ, ਦਿੱਲੀ ਦੇ ਵਿੱਚ ਬਹੁਤ ਵੱਡਾ ਮੰਦਿਰ ਹੈ ਇੱਕ ਅਕਸ਼ਰਧਾਮ, ਅਤੇ ਉਹਦੇ ਕੋਲ ਇਹ ਜਿਹੜਾ ਸਾਰਾ ਵਾਕਿਆ ਹੋਇਆ। अक्षरधाम का इलाका, अक्षरधाम से गाजीपुर की ये रोड है, आप देखिए कि पूरी तरह से इसको ऑक्यूपाई कर लिया है किसानों ने और बड़ी तादाद में ये गाजीपुर की तरफ से इस रोड पर आ गए हैं। हालांकि ये तय था कि यहां से वापस मुड़कर गाजीपुर की तरफ चले जाएंगे। भीड़ ने पूरा कब्जा कर लिया है सड़क के ऊपर और नियंत्रण से बाहर। अच्छा, गल यही सी क्योंकि नौजवानों के जोश भरिया सी, वह लाल किले वाल जाना चाहते सी, पर आपां नूं इन्हां चीज़ों का पता नहीं लग्या उस टाइम। तो अच्छा, आगे देखते हैं, चलो। जा रही है, यहाँ पर टीयर गैस के गोले पहले ही चल चुके हैं, लेकिन उससे कोई फर्क नहीं पड़ा क्योंकि पुलिस की तादाद जो है प्रदर्शन जो करने आए हैं, ट्रैक्टर परेड में शामिल होने आए हैं लोग, उससे बहुत ज्यादा है। आप देख सकते हैं कि मोटरसाइकिल, ट्रैक्टर, पैदल सभी में लोग जो है यहाँ पर आपको नजर आएंगे और बहुत बड़ा हुजूम है, हजारों की तादाद में लोग यहाँ पर मौजूद है। जो ये 2 दिन से वहां पर और खासतौर से कल भी इसी तरह से सब्र का बांध लोगों का टूट रहा था, बैरिकेड्स को तोड़ने की कोशिश लोग कर रहे थे और आज सुबह में आखिरकार ये कर दिया। आप देखिए कि पुलिस बल है लेकिन नियंत्रण नहीं हो पा रहा है, लेकिन पुलिस आगे भी नहीं आ रही, रोक भी नहीं रही पुलिस।
अच्छा उन्होंने अथरू का गैस का गोला चक के दोबारा उधर ही सट दिता। अच्छा इन्होंने तोड़ के तो यह अगे इतों की लंघ गए। सो गाइज गल है कि जोश की कमी नहीं गी, पर बेचारे करन भी की क्योंकि इन्ने टाइम तो उत्थे बैठे है ते एक ना एक दिन तो यह चीज़ होनी सी। तो जड़ा उत्थे गोलियां चलिया तो एक बैरीगेट तोड़ते हुए एक ट्रैक्टर उल्ट गया, ट्रैक्टर के थले उस एक बंदा आ गया तो वह बंद की उत्थे जी जान चली गई। तो एक बंदे दे सिर विच गोली वजी है कह रहे हैं। तो दो बंदियां दी जिहड़ी मतलब कि डैथ की खबर आ रही है कल दे 26 जनवरी की ट्रैक्टर मार्च के दौरान। तो उस तो बाद जिहड़ा मेन इंसीडेंट कल होया वह होया कि नौजवानों के वलों लाल किले दे पहुँचे, लाल किले दे अगे ट्रैक्टर ही ट्रैक्टर करते उन्होंने। तो उस तो बाद उन्होंने लाल किले दे खाली पोल ते जाके एक झंडा जड़ाया, वो वीडियो तुहानू मैं दिखाउणा। क्योंकि आ जिहड़ा तुहानू चिट्टे परने दे विच बंदा देख रहा है ये दीप सिद्धू आ, दीप सिद्धू बॉलीवुड एक्टर है। ये भी पहला भाजपा दे विच सी, बीजेपी दे विच सी। किसानी का झंडा ते खालसे का झंडा जिहड़ा चढ़िया गया। पंजाब मैं हां गगनदीप सिंह 26 तरीक ओ इतिहासिक दिन जदों किसानां दे वल्लों देखो ये लाल किले दे बाहर ਕਿੱਦਾਂ ਕਿਸਾਨਾਂ ਨੇ ਜੋ ਉੱਥੇ ਸਿੰਘੂ ਦੇ ਉੱਤੇ ਡਟੇ ਇਕੱਠੇ ਹੋਏ ਆ, ਬਾਰਡਰ ਦੇ ਉੱਤੇ ਮੋਰਚੇ ਲਾਏ ਹੋਏ ਸੀ, ਪਰ ਖਾਸ ਤੌਰ ਦੇ ਉੱਤੇ ਅੱਜ ਇਹਨਾਂ ਕਿਸਾਨਾਂ ਦੇ ਵੱਲੋਂ ਟਰੈਕਟਰ ਪਰੇਡ ਕੱਢਿਆ ਗਿਆ। ਤੇ ਜਦੋਂ ਟਰੈਕਟਰ ਪਰੇਡ ਕੱਢਿਆ ਗਿਆ ਤਾਂ ਖਾਸ ਤੌਰ ਦੇ ਉੱਤੇ ਕਿਹਾ ਗਿਆ ਸੀ ਅਸੀਂ ਆਊਟਰ ਰਿੰਗ ਰੋਡ ਦੇ ਉੱਤੇ ਜਾਵਾਂਗੇ। ਆਊਟਰ ਰਿੰਗ ਰੋਡ ਦੇ ਉੱਤੇ ਜਦੋਂ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਤਾਂ ਉਹਨਾਂ ਨੂੰ ਰੋਕਿਆ ਗਿਆ, ਉਹਨਾਂ ਨੂੰ ਉੱਥੋਂ ਦੀ ਰੋਕਿਆ ਗਿਆ ਤਾਂ ਉਹਨਾਂ ਨੇ ਸਾਰੀ ਬੈਰੀਕੇਡਿੰਗ ਜਿਹੜੀ ਆ ਉਹ ਤੋੜ ਦਿੱਤੀ। ਸਾਰੀ ਬੈਰੀਕੇਡਿੰਗ ਤੋੜ ਕੇ ਕਿਸਾਨ ਅੱਗੇ ਵਧੇ ਤੇ ਹੁਣ ਅੱਗੇ ਵਧਦੇ ਹੋਏ ਉਹ ਪਹੁੰਚ ਚੁੱਕੇ ਨੇ ਲਾਲ ਕਿਲਾ ਜਿਹੜਾ ਦਿੱਲੀ। ਦੇਖੋ ਲਾਲ ਕਿਲੇ ਦੇ ਖਾਲੀ ਪੋਲ ਤੇ ਇਹਨਾਂ ਨੇ ਜਿਹੜਾ ਝੰਡਾ ਚੜਾਇਆ, ਝੰਡਾ ਚੜਾ ਕੇ ਆਇਆ ਉਹੀ ਤਾਂ ਇਸ ਨਾਲ ਅਸੀਂ ਗੱਲਬਾਤ ਵੀ ਕਰਾਂਗੇ। ਅੱਛਾ ਜਿਹੜੇ ਮੁੰਡੇ ਨੇ ਝੰਡਾ ਚੜਾਇਆ ਉਹ ਮੁੰਡੇ ਨਾਲ ਕਹਿੰਦੇ ਅਸੀਂ ਗੱਲਬਾਤ ਕਰਾਂਗੇ। ਇਹ ਮੁੰਡਾ ਉਹ ਬਾਬਾ ਤਾਰਾ ਸਿੰਘ ਜੀ ਵਾ ਕੀ ਕਹਿਣਾ ਚਾਹੁੰਗੇ ਅੱਜ ਦੇ ਇਸ ਦਿਨ ਨੂੰ ਲੈ ਕੇ? ਜੋ ਜੀ ਜੀ ਝੰਡਾ ਚੜਾ ਕੇ ਆਉਣਾ ਸੀ, ਪਹਿਲਾਂ ਹੀ ਕਹਿਤਾ ਸੀ ਮੁੰਡੇ ਨੂੰ ਵੀ ਚੜਾਉਣਾ ਵਾ ਅੱਜ ਇਹ ਮੁੰਡੇ ਕਹਿੰਦੇ ਮੈਂ ਤੇ ਤੇਰੇ ਤੋਂ ਨਹੀਂ ਹੋਇਆ ਕੁਛ ਹੋਣਾ, ਮੈਂ ਚੜਾਉਣਾ ਵਾ ਸੋਚ ਕੇ ਨਿਕਲੇ ਸੀਗੇ ਇਹ ਜੀ। ਤੁਹਾਡੇ ਵੱਲੋਂ ਝੰਡਾ ਚੜਾਤਾ, ਹੁਣ ਪੁਲਿਸ ਉਤਾਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉੱਪਰ ਚੜ ਨਹੀਂ ਪਾ ਰਹੀ। ਹਾਂਜੀ ਤੁਸੀਂ ਚੜਾਤਾ ਝੰਡਾ ਉੱਪਰ ਚੜ ਕੇ ਪਰ ਪੁਲਿਸ ਉਤਾਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਬਹੁਤ ਜ਼ਿਆਦਾ ਕੋਸ਼ਿਸ਼ ਪਰ ਉਹ ਉੱਪਰ ਚੜ ਨਹੀਂ ਪਾ ਰਹੀ। ਹਾਂਜੀ ਚੜ ਕੇ ਰਿਹਾ ਮੈਂ, ਚੜਨਾ ਚੜਨਾ ਵਾ, ਪਹਿਲੇ ਗਏ ਤਾਂ ਇੱਥੋਂ ਮੁੰਡਿਆਂ ਨੂੰ ਮੁੰਡਾ ਦਾ ਯਾਰ ਵਾਪਸ ਹੋਣ ਨਹੀਂ ਫਾਇਦਾ ਕੋਈ ਜਾਣਦਾ, ਮੈਂ ਜਾਣਾ ਵਾ ਲੰਮੀ ਵਾਰ ਦਿੱਲੀ ਫਤਿਹ ਕੀਤੀ ਹੈ। ਹਾਂਜੀ ਹੁਣ ਵੀਹ ਵਾਰ ਤੁਸੀਂ ਫਤਿਹ ਕਰਕੇ ਜਾ ਰਹੇ। ਹਾਂਜੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ? ਨੌਜਵਾਨਾਂ ਨੂੰ ਇਹੀ ਜੋਸ਼ ਜੋਸ਼ ਨਾਲ ਰਹੋ, ਆਪਣਾ ਕੋਈ ਦਿੱਕਤ ਨਹੀਂ। ਹਾਂਜੀ ਕੋਈ ਡਰ ਨਹੀਂ, ਹੁਣ ਕੋਈ ਡਰ ਨਹੀਂ ਹੈਗਾ। ਖਾਸ ਤੌਰ ਦੇ ਉੱਤੇ ਝੰਡਾ ਚੜਾ ਕੇ ਸੋ ਦੇਖੋ ਜੀ ਇਹ ਗੱਲਬਾਤ ਆ। ਹੁਣ ਚੱਕਰ ਇਹ ਹੈ ਵੀ ਹੁਣ ਆਪਾਂ ਇਸ ਚੀਜ਼ ਨੂੰ ਸਹੀ ਕਹੀਏ ਜਾਂ ਗਲਤ ਕਹੀਏ, ਕਿਉਂਕਿ ਦੇਖੋ ਸਹੀ ਇਸ ਕਰਕੇ ਆ ਕਿਉਂਕਿ ਜਿਹੜਾ ਇੰਨਾ ਪੇਸ਼ੈਂਸ ਸੀ, ਇੰਨਾ ਪੇਸ਼ੈਂਸ ਨੌਜਵਾਨਾਂ ਦੇ ਵਿੱਚ ਰੱਖਿਆ ਸੀ, ਆਪਾਂ ਕਹਿੰਦੇ ਸੀ ਯਾਰ ਕਿੱਦਾਂ ਇੱਕ ਤਾਕਤ ਹੈ ਜੋ ਇੰਨੇ ਇਕੱਠ ਨੂੰ ਇਕੱਠਾ ਕਰੀ ਬੈਠੀ ਹੈ ਨਾ। ਕਿਸਾਨ ਜਥੇਬੰਦੀਆਂ ਦੀ ਆਪਾਂ ਤਾਰੀਫ ਕਰਦੇ ਸੀ ਕਿ ਉਹਨਾਂ ਨੇ ਕਿੱਦਾਂ ਸਾਰੇ ਨੌਜਵਾਨਾਂ ਨੂੰ ਨਾਲ ਜੁੜਿਆ ਹੋਇਆ, ਕਿਉਂਕਿ ਨੌਜਵਾਨਾਂ ਵਿੱਚ ਜ਼ਾਹਿਰ ਜੀ ਗੱਲ ਹੈ ਕਿ ਜੋਸ਼ ਭਰਿਆ ਹੁੰਦਾ, ਠੀਕ ਹੈ। ਅਤੇ ਉਹ ਕਿੱਦਾਂ ਇਕੱਠੇ ਇੰਨੇ ਟਾਈਮ ਤੋਂ ਬੈਠੇ ਹੋਏ ਆ, ਪਰ ਕਿਉਂਕਿ ਜਿਹੜਾ ਪਹਿਲਾਂ ਡਿਸਾਈਡ ਹੋਇਆ ਸੀ ਨਾ ਉਦੋਂ ਡਿਸਾਈਡ ਇਹੀ ਹੋਇਆ ਸੀ ਕਿ ਦਿੱਲੀ ਦੇ ਵਿੱਚ ਧਰਨਾ ਜਾ ਕੇ ਲਾਵਾਂਗੇ, ਪਰ ਦਿੱਲੀ ਦੇ ਬਾਰਡਰ 'ਤੇ ਧਰਨਾ ਲਾਇਆ, ਨੌਜਵਾਨ ਮੰਨ ਗਏ ਕਿ ਹਾਂ ਇੱਥੇ ਲਾਉਣਾ ਠੀਕ ਆ। ਅਤੇ ਉਸ ਤੋਂ ਬਾਅਦ ਹੁਣ ਜਿਹੜਾ ਇਹਨਾਂ ਦੇ ਪਲਾਨ ਚੇਂਜ ਹੋ ਗਏ, ਕਿਉਂਕਿ ਜਦੋਂ ਸਰਕਾਰ ਨਾਲ ਮੀਟਿੰਗਾਂ ਹੋਈਆਂ, ਦਿੱਲੀ ਪੁਲਿਸ ਨਾਲ ਮੀਟਿੰਗਾਂ ਹੋਈਆਂ, ਤਾਂ ਉਹਨਾਂ ਨੇ ਇਜਾਜ਼ਤ ਜਿੰਨੀ ਕੁ ਦੇ ਸਕਦੇ ਸੀ ਉਹਨਾਂ ਨੇ ਦਿੱਤੀ, ਠੀਕ ਹੈ। ਅਤੇ ਉਸ ਤੋਂ ਬਾਅਦ ਜਿਹੜੇ ਇੱਕ ਰਾਤ ਪਹਿਲਾਂ ਵੀ ਇਹ 25 ਤਰੀਕ ਰਾਤ ਨੂੰ ਸਟੇਜ 'ਤੇ ਵੀ ਰੌਲਾ ਪਿਆ ਸੀਗਾ ਕਿ ਅਸੀਂ ਰਿੰਗ ਰੋਡ 'ਤੇ ਜਾਣਾ, ਠੀਕ ਹੈ। ਅਤੇ ਉਹ ਧੱਕੇ ਨਾਲ ਇਹ ਮਤਲਬ ਕਿ ਅੱਜ ਰਿੰਗ ਰੋਡ 'ਤੇ ਗਏ 26 ਤਰੀਕ ਨੂੰ। ਅਤੇ ਉਸ ਤੋਂ ਬਾਅਦ ਇਹਨੇ ਰਿੰਗ ਰੋਡ ਤੋਂ ਵੀ ਅੱਗੇ ਇਹ ਦਿੱਲੀ ਵਿੱਚ ਐਂਟਰ ਹੋ ਗਏ, ਅੱਗੇ ਆ ਕੇ ਲਾਲ ਕਿਲੇ 'ਤੇ ਆ ਕੇ ਇਹਨਾਂ ਨੇ ਆਹ ਜੋ ਕੰਮ ਕੀਤਾ। ਹੁਣ ਜੋ ਇਹਨਾਂ ਦੀ ਫੀਲਿੰਗ ਹੈ, ਇਹਨਾਂ ਦੀ ਭਾਵਨਾ, ਉਹ ਵੀ ਆਪਾਂ ਸਮਝਦੇ ਹਾਂ ਕਿ ਠੀਕ ਹੈ, ਇਹਨਾਂ ਨੇ ਜੋਸ਼ ਦੇ ਵਿੱਚ ਇਹ ਕੰਮ ਕੀਤਾ ਹੈ ਨਾ।
पर जेकर आप दूजे पहलू नाल देखिए तो उत्थे यह है कि जिहड़े हुण किसान जथेबंद दे जो आगू ने चाहे वह राजेवाल ने चाहे गुरनाम सिंह चढ़नी ने जां होर भी जिहड़े मेन मेन आगू आ उन्हां सारयां ने बयान दित्ते आ कि भई जिहड़े बंदे इत्थे पहुंचे आ उह किसान नहीं हैगे। ठीक है, विकेंद्रिक पुलिस नूं उन्होंने साफ किया कि तुसीं बनदी कार्रवाई कर सकते हो उन्हां दे क्योंकि वह साडे बंदे नहीं हैगे। सो हुण देखो ये दो धड़े वंडे गए ना, जिहड़ी चीज़ दा आपां नूं डर सीगा उही चीज़ होई है। तो ये नुकसान की दा यार, नुकसान तो किसानां दा ना, नुकसान तो वह बंदियां दा जिहड़े इन्ने महीनियां तो उत्थे बैठा धरना जो ला रहा बंदा उन्हां दा नुकसान आ क्योंकि अपना मेन मतलब यह नहीं सीगा। ठीक है, ये काम करना अपना मेन मकसद ये नहीं सीगा, मेन मकसद अपना किसानां दे जिहड़े तीन बिल आ उन्हां नूं माफ़ करवाउणा है ना। सो ये काम जोश दे विच कीता गया हुण क्योंकि गुरनाम सिंह चढ़नी ने बयान दिता, दीप सिद्धू जो कि बीजेपी दे सपोर्टर सीगे, ठीक है जा है आई डोंट नो, बट उन्होंने कहा कि जिहड़ा सारा यह काम है ये दीप सिद्धू दे कहण ते ही कीता गया, मतलब इट मीन कि यह सारी एक सोची समझी साजिश सीगी बीजेपी दे वल्लों, भाजपा दे वल्लों, सरकार दे वल्लों, क्योंकि जदों झंडा चढ़ाया जा रहा उदों भी जिहड़ी पुलिस है, तो ये वीडियो शॉर्ट विच है तुहानूं मैं नीचे लिंक दूंगा तुसीं प्रॉपर वीडियो देखियो कि जदों पुलिस बिल्कुल भी रोक नहीं रही किसी नूं भी, ठीक है वह झंडा चढ़ाउण दे जा रही है, जदों झंडा चढ़ा के थल्ले आ गए उदों अखेज़ ही असीं खाली करना, तो जेकर चाहुंदे तां उदों भी शांतमई ढंग नाल रोकिया जा सकदा सी जां जां क्योंकि उदों इन्ना इकट्ठ सी पता नहीं की गल्लां यार अंदरलियां पॉलिटिक्स दियां की कुछ चलता है, हो सकता है साजिश भी होवे, अपने विचारे लोग भोले ने जिहड़े साजिशां दे शिकार शुरू तो हुंदे आए ने ते हुण भी लगता कि वह हो सकता कि वह शिकार हो गए क्योंकि जिहड़ा मेन मतलब है हुण जिन्नी भी सरकार ने गल्लां करनियां उन्होंने किसान जथेबंदियां नाल करनियां, उन्होंने आ जिहड़ा इकट्ठ होया इकट्ठ नाल आके नहीं पुछना कि भाई तुसीं आके ये काम क्यों किया। अच्छा चलो ये गल तो हुई, उस तो बाद रात पई, रात दे हुण कोई 15-20 नौजवान जिहड़े लाल किले दे विच ही सीगे ते पुलिस ने जिहड़े गेट आ लाल किले दे बंद करते, 15-20 नौजवान उह हजे भी अंदर ही है, रात नूं कहिंदे गोलियां चलण दी आवाज़ भी आई उत्थों, ते हुण पर कन्फर्मेशन कोई नहीं गी कि उत्थे की हो रहा की नहीं होया, चाहे नौजवानों ने चलो उन्होंने अकॉर्डिंग ये गलती की है ना झंडा चढ़ा के गलती की, पर उस गलती की सज़ा होंगी है, पर उस गलती की सज़ा ये नहीं होंगी कि तुसी गोलियां चलाओ। ठीक है, वह भी एक बहुत ही मंदभागी घटना कि जेकर उत्थे किसी नूं कुछ होया, कह रहे कि किसी की लत्त विच भी गोली वजी है, सो वह बहुत ही गलत गल है यार है ना, मतलब जेकर चलो झंडा चढ़ाना तुहाडे अकॉर्डिंग वह गलत सी तां तुसी उहदी उन्हां नूं सज़ा मिल सकती, उन्हां नूं जेल च सट्टो, उन्हां नूं सज़ा दो। ठीक है, पर जिहड़ा आ गोलियां चलाउण वाला काम ये बिल्कुल ही मंदभागी घटना, इहदी आपां जोरदार शब्दों में निंदा करते हैं। हुण अगे दा की काम, अगे दा की हिसाब आ हुण आने वाले दिनों ही पता लगेगा। अज हैगी 27 तरीक, किसान जथेबंदियां ने फैसला यही लिया कि साडा इन्हां दे नाल कोई वास्ता नहीं, जिहड़े अंदर दिल्ली दे विच लाल किले दे विच एंटर हो गए जोश दे विच जिन्हां ने आह काम किया। हुण गल करदे लोकां दी कि लोकां दी जिहड़ी राय है, लोक की सोचते हैं इस दे बारे, आपां कमेंट्स थोड़े जे रीड करांगे क्योंकि मेरे अकॉर्डिंग 50-50% हो रहा क्योंकि कि जिन्हां दा पेशेंस टुटिया उन्होंने ये काम किया, तो पता नहीं हुण किद्दां होया की होया, यह सब मोदी सरकार दी करतूतां कारण लोगों का गुस्सा उबाल खा गया। बिल्कुल राइट है, बिल्कुल सोलह ने सच्ची गल है, ये 6 महीने तो लोग सबर नाल बैठे, सरकार ने कोई कदर नहीं पाई, तो फिर लोगों में यह रोह आना सुभाविक है। हुण उत्थे ही एक वीर होर कमेंट कर रहा, वीरो जिहड़े काम गए सी वह कर लैंदे पहलां, सरकार ते गोदी मीडिया पहला ही बहाना भाल रहे सी, ते वाहिगुरू जी कृपा करन किसान मजदूर एकता परिवार ते। ये गल वाकई है कि गोदी मीडिया नैशनल मीडिया किदां दे प्रोपोगंडे फैला रहे सी, कदे कहंदे सी खालिस्तानी सारे बैठे आ उत्थे, किसान तो उन्हां च है नहीं कोई, कदे कह रहे फंडिंग हो रहा, कदे मतलब उन्हां नूं तां अगे ही इन्ना कुछ सी, उन्हां नूं एक होर बहाना मिल गया, उन्हां नूं एक होर जरिया मिल गया। ठीक है, ते इह काम करन दा कि जित दे निशान सदा लाए जांदे झंडे नाल, पहलां वार कलमां नाल पिछों वार खंडे नाल, गल बिल्कुल सच आ। ते जो 15 किसान अंदर फड़े हन वह बाहर आए जा नहीं, देखो जिन्हां दी आपां अगे गल कर रहे सीगे, असीं दिल्ली किसानी लई आए हां, जरा सोचो किले ते झंडा चढ़ाउण तों पहलां किसे वी पुलिस करमी ने रोकिया क्यों नहीं। देखो जी गल्लां सब तरह दियां, सब लोगों के दिमाग में क्वेश्चनस आ रहे हैं, मेरे दिमाग में भी बहुत सारे क्वेश्चनस है, तुहाडे दिमाग च भी बहुत सारे क्वेश्चनस होणगे। हुण पता नहीं की होना, मोदी रिस्पोंसीबल फॉर दिस सिचुएशन,
देखो हुण कईआं ने सपोर्ट भी करदे आ पंजाब दीआं मां ने भगत सिंह जमणे बंद नहीं कीते धन सूरमा जिन्हें झंडा जिहड़ा आ वाहगुरू चढ़दी कला च रखे। सो देखो जी मैं तुहानूं अपनी राय दसती है क्योंकि मैं खुद भी मैनूं सही भी लग रहा तो गलत भी लग रहा पर तुहाडी की राय है कि झंडा चढ़ाउणा क्योंकि अपना जो मेन मकसद सीगा वह लाल किले ते जाके झंडा चढ़ाउणा नहीं सीगा अपना मेन मकसद है कि तीन जिहड़े बिल्लां नूं आपां माफ़ करवाउणा है ना। झंडा चढ़ाउण दी गल है कि यार बच्चों 'च रोह सी नौजवानों 'च रोह सीगा है ना रोस उन्होंने दिखाया अपना कि मतलब कि एक इकट्ठ की ताकत दिखाई है उन्होंने है ना। सो तुहाडे अकॉर्डिंग की है कि उन्होंने ये काम करना चाहिए सी या नहीं करना चाहिए सी गलत है या सही है नीचे कमेंट करके मैं जरूर दस्यो ते बाकी होर वीडियोज़ लिए अपने चैनल में सबसक्राइब करके रख लो हुणी ते पंजाबी रील टीवी इंस्टा भी फॉलो करो उत्थे भी तुहानूं मैं अपडेट दिंदा रहूँगा जो जो भी होणगियां अगे दीआं जो अपडेट होणगियां तुहानूं मैं उत्थे स्टोरीज़ दे विच शेयर करदा रहूँगा। सो जाके हुणी इंस्टा फॉलो कर लो ते बाकी मैनूं कमेंट जरूर करके दस्यो कि तुहाडे अकॉर्डिंग ये चीज़ गलत हुई है या सही हुई है। मैं मिलता हूं तुहानूं किसी होर वीडियो तद तक मैनूं दिओ इजाजत सत श्री अकाल ते चक्की रखो इदां ही कम।